ਅੰਮ੍ਰਿਤਸਰ ਗੁਰੂ ਦੀ ਨਗਰੀ ਹੈ ਤੇ ਗੁਰੂ ਦੀ ਨਗਰੀ ਦੇ ਉੱਤੇ ਜਦੋਂ ਦੁੱਖ ਦਾ ਪਹਾੜ ਟੁੱਟਿਆ ਤਾਂ ਸਿੱਖ ਸੰਗਤਾਂ ਇੱਕ ਵਾਰ ਫਿਰ ਇਸ ਦੁੱਖ ਦੇ ਸੰਕਟ ਦੇ ਵੇਲੇ ਨਾਲ ਖੜੀਆਂ ਨੇ ਕੇਰਲਾ ਤੋਂ ਲੈ ਕੇ ਪੂਰੀ ਦੁਨੀਆ ਦੇ ਵਿੱਚ ਅਸੀਂ ਦੇਖਿਆ ਕਿ ਸਿੱਖ ਸੰਗਤਾਂ ਹਮੇਸ਼ਾ ਤੋਂ ਹੀ ਐਸੇ ਦੁੱਖ ਤੇ ਮੌਕਿਆਂ ਦੇ ਉੱਤੇ ਲੰਗਰ ਲਾਉਂਦੀਆਂ ਐ ਸੇਵਾ ਕਰਦੀਆਂ ਸਾਡੇ ਨਾਲ ਕੁਝ ਸੱਜਣ ਨੇ ਸਿਵਲ ਹਸਪੀਟਲ ਦੇ ਬਾਹਰ ਲੰਗਰ ਲਗਾ ਰਹੇ ਨੇ ਇਹ ਬਾਬਾ ਜੀ ਕਿੰਨੀ ਦੁੱਖ ਦੀ ਘਟਨਾ ਹੈ ਗੁਰੂ ਦੀ ਨਗਰੀ ਦੀ ਗੱਲ ਹਮੇਸ਼ਾ ਕਰਦੇ ਆ ਸਿੱਖ ਸੰਗਤਾਂ ਹਮੇਸ਼ਾ ਆਪਣਾ ਯੋਗਦਾਨ ਪਾਉਂਦੀਆਂ ਵਿਦੇਸ਼ਾਂ 'ਚ ਜਾਂਦੀਆਂ ਦੂਜੀ ਸਟੇਟਾਂ 'ਚ ਕੇਰਲਾ ਤੱਕ ਗਈਆਂ ਨੇ ਅੱਜ ਜਦੋਂ ਆਪਣੇ ਘਰ ਦੇ ਵਿੱਚ ਭਾਰ ਟੁੱਟਿਆ ਤਾਂ ਕੀ ਸਾਰੇ ਇਕਜੁੱਟ ਹੋ ਕੇ ਨਾਲ ਇੱਕ ਦੂਜੇ ਦੇ ਖੜ ਕੇ ਸੇਵਾ ਕਰ ਰਹੇ ਹਾਂਜੀ ਸਾਡੇ ਤੇ ਸਮਝੋ ਕਿ ਇੱਕ ਸਾਡੀ ਵੀ ਸਮਝੋ ਮੌਤ ਹੀ ਇੱਕ ਹਸਾਉਣ ਨਾਲ ਸਾਡੇ ਸ਼ਹਿਰ ਦੇ ਵਿੱਚ ਇੰਨਾ ਵੱਡਾ ਹਾਸਾ ਹੋਇਆ ਜਿਹੜਾ ਬੜਾ ਹੀ ਅਹੀਂ ਬਿਆਨ ਨਹੀਂ ਕਰ ਸਕਦੇ ਸਾਡੀ ਦੇ ਬਾਬੇ ਪੂਰੀਵਾਲਿਆਂ ਨੇ ਡਿਊਟੀ ਲਾਈ ਸੀ ਅਸੀਂ ਜਿਉਂ ਹਾਸਾ ਸੁਣਿਆ ਤੇ ਉਹਨਾਂ ਕਹਿ ਵੀ ਸਾਰੀ ਸੰਗਤ ਜਾ ਕੇ ਗੱਡੀਆਂ ਲੈ ਜਾਓ ਲੰਗਰ ਦੀਆਂ ਭਰ ਕੇ ਸਾਰੀਆਂ ਸਬਜ਼ੀਆਂ ਬਾਣੀਆਂ ਆ ਕੇ ਚਾਹਾਂ ਬਣਾ ਕੇ ਅਸੀਂ ਉਦੋਂ ਦੇ ਬਾਬਾ ਜੀ ਨੇ ਆਪਣੇ ਸੇਵਾਦਾਰ ਭੇਜ ਕੇ ਗੱਡੀਆਂ ਤੇ ਟੈਂਕਰ ਲੱਗੇ ਪਾਣੀ ਵਾਲੇ بس ਸੇਵਾ ਹੀ ਕਰਨਦੇ ਅਸੀਂ ਤੇ ਜਿਹੜਾ ਜੀ ਮਿਲਦਾ ਵੀ ਪ੍ਰਸ਼ਾਦਾ ਛਕੋ ਜੋ ਭਾਣਾ ਉਹ ਵੀਤ ਗਿਆ ਹੁਣ ਕੀ ਕਰਸਾ ਸਾਡੇ ਵਾਸਤੇ ਹੈਗਾ ਨਹੀਂ ਰੱਬ ਦੇ ਵਾਸਤੇ ਸਾਰਾ ਕੁਝ ਅਸੀਂ ਤੇ ਬਹੁਤ ਸਾਡਾ ਜਦੋਂ ਤੇ ਆਏ ਹ ਕਿ ਮੰਜ਼ਰ ਸੀ ਅੰਦਰ ਲੋਕ ਆ ਰਹੇ ਸੀ ਆਪੋ ਆਪਣੇ ਪਛਾਣ ਰਹੇ ਸੀਗੇ ਲੋਕਾਂ ਨੂੰ ਕਿ ਕਿਵੇਂ ਦਾ ਮੰਜ਼ਰ ਸੀ ਮੰਜ਼ਰ ਇੱਕ ਦੂਜੇ ਨੂੰ ਜੇ ਪਛਾਣ ਹੋ ਹੀ ਨਹੀਂ ਰਹੀ ਜੀ ਬਹੁਤਿਆਂ ਨੂੰ ਤੇ ਆਪਣੇ ਆਪਣੇ ਸਰੀਰਾਂ ਦੀ ਪਛਾਣ ਹੀ ਨਹੀਂ ਹੋ ਰਹੀ ਆਪਣੇ ਪੇਰੈਂਟਸ ਨੂੰ ਆਪਣੇ ਜਿੰਨੇ ਵੀ ਉਹਨਾਂ ਦੇ ਰਿਲੇਟਿਵ ਹੈਗੇ ਵਗੈਰਾ ਤੇ ਬਸ ਕਿਸ ਦੀ ਲੱਤ ਨਹੀਂ ਹੈਗੀ ਕਿਸੇ ਦਾ ਮੂੰਹ ਨਹੀਂ ਹੈਗਾ ਕਿਸੇ ਦਾ ਦਿਲ ਬਾਹਰ ਖਿਲ ਰਿਹਾ ਅਸੀਂ ਵੀ ਪੋਸਟਮਾਰਟ ਦੇ ਅੰਦਰ ਚਾਹ ਵਰਤੌਣ ਗਏ ਆ ਪਰ ਸਾਡੇ ਕੋ ਵੀ ਵੇਖ ਕੇ ਰਿਹਾ ਨਹੀਂ ਗਿਆ ਅਸੀਂ ਬਰਦਾਸ਼ਤ ਨਹੀਂ ਹੋ ਸਕਿਆ ਬਾਹਰ ਹੀ ਆ ਗਏ ਸਾਡਾ ਮਤਲਬ ਕਿ ਇੰਨਾ ਸੈਮ ਗਏ ਅਸੀਂ ਵੇਖ ਕੇ ਨਾ ਕਿ ਅਸੀਂ ਕਦੀ ਅਜ ਤੱਕ ਜ਼ਿੰਦਗੀ 'ਚ ਇਹੋ ਜਿਹਾ ਮੌਕਾ ਅੱਖੀਂ ਨਹੀਂ ਵੇਖਿਆ ਜੋ ਕਿ ਸਾਡੇ ਨਾਲ ਇਹ ਬੀਤ ਗਿਆ ਸਾਡੇ ਅਮਰਸਰ ਸ਼ਹਿਰ 'ਤੇ ਫਿਰਦੇ ਬਲੁੰਦਰੇ ਗਏ ਸਾਰਿਆਂ ਦੇ ਦੱਸਣ ਵਾਲੀ ਕੋਈ ਗੱਲ ਰਹਿ ਨਹੀਂ ਗਈ ਮਹਾਰਾਜ ਜੀ ਅਸੀਂ ਤੇ ਐਵੇਂ ਲਾਸ਼ਾਂ ਹੀ ਖੜੀਆਂ ਆ ਇੱਕ ਹਿਸਾਬ ਦੀਆਂ ਬਾਕੀ ਸਾਡਾ ਸਾਰੇ ਭੈਣ ਭਰਾ ਬਸ ਦੱਸ ਨਹੀਂ ਸਕਦੇ ਜੀ ਕੁਝ ਮੜੀ ਔਖੀ ਘੜੀ ਆਈ ਸਾਡੇ ਦੇ ਸਾਰੇ ਸ਼ਹਿਰ ਤੇ ਜੀ ਇਹ ਬਾਣੀ ਦਾ ਸਹਾਰਾ ਲੋਕ ਲੈਂਦੇ ਆ ਜਿਨ੍ਹਾਂ ਤੇ ਦੁੱਖ ਆਉਂਦਾ ਆ ਉਹ ਅੰਮ੍ਰਿਤਸਰ ਆਉਂਦੇ ਆ ਦਰਬਾਰ ਸਾਹਿਬ ਆਉਂਦੇ ਨੇ ਗੁਰੂ ਵਾਲੇ ਕਾਸ ਹੈਗੀ ਐ ਕਿ ਭਾਣਾ ਮੰਨਣ ਦਾ ਬਲ ਜ਼ਰੂਰ ਬਖਸ਼ੇ ਜਿਨ੍ਹਾਂ ਪਰਿਵਾਰਾਂ ਤੇ ਦੁੱਖ ਦੀ ਘੜੀ ਬੀਤੀ ਐ ਆਹੋ ਜੇ ਅਕਸਰ ਤੇ ਗੁਰੂ ਦਾ ਭਾਣਾ ਸਮਝ ਕੇ ਹੀ ਵਰਤਣਾ ਪੈਣਾ ਹੈ ਉਹਦੇ ਬਾਣੀ ਵੀ ਕੀਤਾ ਕਰਨਾ ਸਰਵ ਰਜ਼ਾਈ ਕਿਛ ਕੀਚੇ ਜੇ ਕਰ ਸਕੀਏ ਆਪਣਾ ਕੀਤਾ ਕਿਛ ਨਾ ਹੋਵੇ ਜਿਉਂ ਭਾਵੇ ਤਿਉਂ ਰੱਖੀਏ ਤੇ ਮਹਾਰਾਜੀ ਦੀ ਬਾਣੀ ਆ ਤੇ ਆਪਾਂ ਨੂੰ ਸਬਰ ਕਰਨਾ ਹੀ ਪੈਣਾ ਕਿਉਂਕਿ ਉੱਤੇ ਭਰੋਸਾ ਕਰਨਾ ਹੀ ਪੈਣਾ ਜੋ ਇਹ ਭਾਣਾ ਵਰਤਨਾ ਹੀ ਸਾਡੇ ਤੇ ਵਰਤ ਗਿਆ ਹੁਣ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋ ਕੇ ਉਹਨਾਂ ਦੀ ਸਾਰਿਆਂ ਦੀ ਹੈਲਪ ਕਰਨੀ ਚਾਹੀਦੀ ਹੈ ਸਾਰੇ ਪਰਿਵਾਰਾਂ ਦੀ ਹੈਲਪ ਕਰਨੀ ਚਾਹੀਦੀ ਹੈ ਕੋਈ ਬਹੁਤ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਸੀ ਕੁਝ ਬਾਹਰ ਦੇ ਜੁਪੀ ਬਿਹਾਰ ਦੇ ਪਰਿਵਾਰ ਸੀ ਜਿਨ੍ਹਾਂ ਦੇ ਬੱਚੇ ਜਾਂ ਸਾਖ ਸੰਬੰਧੀ ਜਿਹੜੇ ਉਹ ਚੜ੍ਹਾਈ ਕਰ ਗਏ ਆ ਆਪਾਂ ਸਾਰਿਆਂ ਨੂੰ ਰਲ ਕੇ মিডিਆ ਵੀ ਇਹਨਾਂ ਆਪਣਾ ਇਹ ਸਾਰੇ ਬੁਖਾਰਿਆ ਵਾ ਆਪ ਨੂੰ ਸਾਰੇ ਗੱਲ ਕੇ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਜਿਸ ਤਰ੍ਹਾਂ ਵੀ ਹੋਵੇ ਤਨ ਮਨ ਧਾਨ ਨਾਲ ਜਿਸ ਤਰ੍ਹਾਂ ਦੀ ਹੈਲਪ ਹੋਵੇ ਕਰਨ ਦੇ ਸ਼ਰੋਮਣੀ ਕਮੇਟੀ ਵੀ ਆਪਣੇ ਉਪਰਾਲੇ ਕਰਨਦੇ ਆ ਬਾਬੇ ਭੂਰੀ ਵਾਲਿਆਂ ਨੇ ਵੀ ਸਵੇਰ ਤੋਂ ਲੰਗਰ ਆਰੰਭ ਕਰਦੇ ਨੇ ਆ ਸਵੇਰ ਸ਼ਾਮ ਜਿੰਨੀ ਵੀ ਲੋੜ ਹੋਵੇ ਜਿਉਂ ਵੀ ਜਿਸ ਤਰ੍ਹਾਂ ਦੀ ਵੀ ਲੋੜ ਹੋਊਗੀ ਤਨ ਮਨ ਧਾਨ ਦੀ ਅਸੀਂ ਤਾਂ ਸਾਥ ਦੇ ਰਹੀਆਂ ਪੂਰਾ ਸਾਥ ਦੇ ਰਹੀਆਂ ਜੀ ਸਾਰਾ ਸ਼ਹਿਰ ਸਾਥ ਦੇ ਰਿਹਾ ਜੀ ਦੁੱਖ ਦੀ ਘੜੀ ਹੈ ਬਿਆਨ ਕਰਨੀ ਔਖੀ ਹੈ ਚਾਹੇ ਤੁਹਾਡੇ ਆਪਣੇ ਵਿੱਚ ਨਹੀਂ ਸੀਗੇ ਪਰ ਜਦੋਂ ਤੁਸੀਂ ਇੱਥੇ ਪਹੁੰਚਦੇ ਹੋ ਹਸਪਤਾਲ ਦੇ ਬਾਹਰ ਦਾ ਮੰਜ਼ਰ ਦੇਖਦੇ ਹੋ ਅੰਦਰ ਦਾ ਮੰਜ਼ਰ ਦੇਖਦੇ ਹੋ ਪਰਿਵਾਰਾਂ ਦੀਆਂ ਕੁਰਲਾਟਾਂ ਉਹਨਾਂ ਦੀਆਂ ਚੀਕਾਂ ਜਦੋਂ ਕੰਨਾਂ ਦੇ ਵਿੱਚ ਪੈਂਦੀਆਂ ਤਾਂ ਦਿਲ ਜਿਹੜੇ ਹੈ ਬਲੁੰਦਰੇ ਜਾਂਦੇ ਹੈ ਗੁਰੂ ਦੀ ਨਗਰੀ ਦੇ ਵਿੱਚ ਜ਼ਰੂਰ ਆ ਪਰ ਗੁਰੂ ਤੋਂ ਹੀ ਪਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਸਿੱਖ ਹੈਗੀ ਹੈ ਸੰਗਤਾਂ ਜ਼ਰੂਰ ਲੰਗਰ ਲਾ ਰਹੀਆਂ ਹਨ ਪਰ ਇੱਥੇ ਵਿੱਚ ਕਿਸੇ ਤਰ੍ਹਾਂ ਦੀ ਖੁਸ਼ੀ ਦੀ ਗੱਲ ਨਹੀਂ ਆਮ ਤੌਰ ਤੇ ਅਸੀਂ ਬੜੇ ਪ੍ਰਾਊਡ ਹੋ ਕੇ ਹਮੇਸ਼ਾ ਤੋਂ ਦੱਸਦੇ ਆਏ ਆ ਚਾਹੇ ਕੇਰਲਾ ਹੋਵੇ ਹੈਤੀ ਹੋਵੇ ਕਿਤੇ ਵੀ ਹੋਵੇ ਬਰਮਾ ਮਿਆਂਮਾਰ ਦੇ ਵਿੱਚ ਅਸੀਂ ਲੰਗਰ ਲਾਇਆ ਪਰ ਅੱਜ ਦੁੱਖ ਦੀ ਘੜੀ ਜਦੋਂ ਸਾਡੇ ਤੇ ਆਪ ਤੇ ਡਿੱਗੀ ਹੈ ਤਾਂ ਅਹਿਸਾਸ ਹੋ ਰਿਹਾ ਕਿ ਦੁੱਖ ਕਿੰਨਾ ਵੱਡਾ ਹੁੰਦਾ ਕੈਮਰਾ ਪਰਸਨ ਦੇਸ ਰਾਜ ਤੇ ਦਰਸ਼ਨ ਦੇ ਨਾਲ ਸਿਮਰਨਜੋਤ ਸਿੰਘ ਦੀ ਲੀ ਪੋਸਟ ਸ਼੍ਰੀ ਅਮਰਤਸਰ ਸਾਹਿਬ